असी हर मंगलवार नूं इस वेले गलबात करदे हुंदे आ और फाइनैंशियल टॉक लैके तुहाडे लई हाजिर हुंदे आ कमलजीत सिंह चौहान होरी। तो कमलजीत होरां ने बहुत सारे वक्खो वक्खरियां सेवावां लंबे समय तो दे रहे हैं, जिस तरह मैं पहला भी दस्या सी खबरां तो पहला कि 28 साल तो RESP दीयां सेवावां ये दे रहे हैं, उन्हां लोकां चों जिन्होंने बहुत अर्ली जदों ही RESP का कॉन्सैप्ट आया सी उदों साडी कम्यूनिटी विच इन्होंने RESP दे सेवावां शुरू कीतियां सी। हुण बड़े सालों तो असीं देखते हैं जी RESP दीयां सेवावां भी हर वारी जिहड़े फाइनैंशियल एडवाइजर हुंदे आ ਉਹ ਇਹਨਾਂ ਦਿਨਾਂ 'ਚ ਆ ਕੇ RESP ਦੀ ਵੀ ਗੱਲ ਕਰਦੇ ਆ। ਔਰ ਅਜੇ ਵੀ ਮੈਂ ਸਮਝਦਾ ਬੜੇ ਲੋਕ ਐਸੇ ਹੋਣਗੇ ਜਿਹਨਾਂ ਲਈ ਥੋੜ੍ਹਾ ਜਿਹਾ ਇਹ ਕਨਫਿਊਜ਼ਨ ਹੋਏਗਾ ਕਿ RESP ਔਰ RRSP ਇਹਨਾਂ 'ਚ ਫਰਕ ਕੀ ਹੈ। ਆਓ ਪਤਾ ਕਰਦੇ ਹਾਂ ਕਮਲਜੀਤ ਸਿੰਘ ਚੌਹਾਨ ਹੋਰਾਂ ਤੋਂ। ਕਮਲਜੀਤ ਜੀ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਅਰਜੀਤ ਸਿੰਘ ਜੀ, ਤੁਹਾਨੂੰ ਅਤੇ ਤੁਹਾਡੇ ਸੁਣਨ ਵਾਲਿਆਂ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਬੜਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੋ ਜਦੋਂ ਮੈਂ ਵੀ ਨਵਾਂ ਨਵਾਂ ਕੈਨੇਡਾ 'ਚ ਆਇਆ ਸੀ ਅਤੇ 2000 ਦੇ ਵਿੱਚ ਅਤੇ ਰੇਡੀਓ ਸੁਣਦੇ ਹੁੰਦੇ ਸੀ ਉਦੋਂ ਅਕਸਰ RESP ਦੀ ਗੱਲ ਹੋਣੀ, RRSP ਦੀ ਗੱਲ ਹੋਣੀ, ਅਤੇ ਫਿਰ ਲੇਟਰ ਸਮਝ ਆ ਗਿਆ ਮੇਰੇ ਖਿਆਲ 'ਚ ਕਿ ਇੱਕ ਤਾਂ ਹੈ ਐਜੂਕੇਸ਼ਨ ਦਾ ਪਲੈਨ ਅਤੇ ਇੱਕ ਹੈ ਸ਼ਾਇਦ ਰਿਟਾਇਰਮੈਂਟ ਦਾ ਪਲੈਨ। ਤੋ ਇਹ ਜਿਹੜੇ ਇੱਕ ਨਾਂ ਇੱਕੋ ਜਿਹੇ ਲੱਗਦੇ ਆ ਪਰ ਫਰਕ ਦੋਵਾਂ ਦਾ ਬਹੁਤ ਜ਼ਿਆਦਾ ਹੈ, ਤੁਸੀਂ ਦੋਨਾਂ ਨਾਲ ਹੀ ਡੀਲ ਕਰਦੇ ਹੋ, ਦਿਓ ਜਾਣਕਾਰੀ। ਹਾਂਜੀ ਜਿਵੇਂ ਜੀ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ। ਵੈਸੇ RESP ਤੇ RSP ਦੋਨੇ ਇੱਕੋ ਹੀ ਆ, ਸ਼ੋਰਟ ਫਾਰਮ ਚ ESP ਉਹਨੂੰ ਕਹਿ ਦਿੰਦੇ ਆ ਤੇ ਆਪਣਾ RSP ਕਹਿੰਦੇ, ਪੂਰਾ ਫਾਰਮ ਹੀ ਲੈਂਦੇ। RESP ਦਾ ਪੂਰਾ ਫਾਰਮ ਜਿਵੇਂ ਅੱਗੇ ਆਪਣੇ ਸਾਰੇ ਸਰੋਤਿਆਂ ਨੂੰ ਪਤਾ ਹੀ ਵੈਸੇ, ਪਰ ਫਿਰ ਵੀ ਆਪਾਂ ਨਵੇਂ ਤੋਂ ਨਵੇਂ ਆਪਣੇ ਸਰੋਤੇ ਜੁੜਦੇ ਆ ਆਪਣੇ ਨਾਲ। RESP ਹੈਗੀ ਆ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਜੀ, ਜਿਹੜੀ RRSP RESP ਆ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ। ਠੀਕ ਹੈ ਜੀ। ਇੱਕ ਛੋਟਾ ਜੀ ਮੈਂ ਤੁਹਾਨੂੰ ਆਪਾਂ ਇਹਦੇ ਚ ਨਾਲ ਦੱਸਦੇ ਜਾਂਦੇ ਜਾਂਦੇ ਆਪਣੇ ਸਰੋਤਿਆਂ ਨੂੰ, ਇਹ ਜਿਹੜੀ ਪਲਾਨਸ ਨੇ ਇਹ ਰਜਿਸਟਰਡ ਬਾਈ ਫੈਡਰਲ ਗਵਰਨਮੈਂਟ ਨੇ ਰਜਿਸਟਰਡ ਕੀਤੀਆਂ ਹੋਈਆਂ ਨੇ। ਅੱਛਾ ਜੀ। ਮਤਲਬ ਕਿ ਕਈ ਵਾਰੀ ਆਪਾਂ ਕਹਿ ਦਿੰਦੇ ਜੀ ਸਰਕਾਰ ਦੀ ਪਲਾਨ ਹੈ ਜੀ, ਅਸੀਂ ਤੁਹਾਨੂੰ RESP ਸਰਕਾਰ ਦੀ ਦੇਣਾ ਹੈ, ਨਹੀਂ। ਅੱਛਾ ਜੀ। ਪਲਾਨ ਰਜਿਸਟਰਡ ਹੈਗੀ ਆ ਅੰਡਰ 146.1 ਇਨਕਮ ਟੈਕਸ ਦੇ ਅੰਡਰ। ਠੀਕ ਹੈ ਜੀ। ਕੀ ਕਾਰਨ ਹੈ ਉਹਦਾ? ਉਹ ਇਸ ਕਰਕੇ ਹੁੰਦਾ ਜਿਹੜਾ ਇਹਦੇ ਕੰਪਾਊਂਡਿੰਗ ਇੰਟਰਸਟ RESP ਤੇ ਬਣਦਾ, ਜਿਹੜਾ ਹਰ ਸਾਲ ਜਿਹੜੇ ਪੇਰੈਂਟਸ ਪੈਸੇ ਸੇਵ ਕਰਦੇ ਆ, ਆਪਾਂ ਉਸ ਪੈਸੇ ਨੂੰ ਜਿਹੜੀ ਵੀ ਕੰਪਨੀ ਤੋਂ ਲੈਂਦੇ ਆ ਉਹ ਅੱਗੇ ਅੱਗੇ ਇਨਵੈਸਟਮੈਂਟ ਕਰਦੇ ਆ, ਡਿਪੈਂਡ ਕਰਦੇ ਆ ਸਟਾਕ ਮਾਰਕੀਟ 'ਚ, ਮਿਊਚੁਅਲ ਫੰਡ 'ਚ, ਬੌਂਡ 'ਚ, ਕਿਹ 'ਚ ਕਰਦੇ ਆ। ਉੱਥੇ ਜਿਹੜੀ ਇਨਕਮ ਅਰਨ ਹੁੰਦੀ ਆ ਉਹ 'ਤੇ ਕੋਈ ਟੈਕਸ ਨਹੀਂ ਲੱਗਦਾ ਅੰਟਿਲ ਉਹ ਮੈਚਿਓਰ ਹੁੰਦੀ ਹੈ ਜਿੰਨੀ ਦੇਰ ਤੱਕ, ਕਿਉਂਕਿ ਉਹ ਫਿਰ ਟੈਕਸ ਜਿਹੜੀ ਅਰਨ ਇਨਕਮ ਜਿਹੜੀ ਮੈਚਿਓਰ ਹੋਈ ਹੋਈ ਹੈ ਉਹ ਬੱਚੇ ਹੱਥ 'ਚ ਆਏਗੀ। ਇਸ ਕਰਕੇ ਇਹਨੂੰ 146.1 ਇਨਕਮ ਟੈਕਸ ਦੇ ਅੰਡਰ ਰਜਿਸਟਰਡ ਕੀਤਾ ਗਿਆ ਹੈਗਾ। RRSP ਹੈਗੀ ਆ ਉਹ ਆਪਾਂ ਨੂੰ ਟੈਕਸ ਡਿਫਰ ਕਰਨ ਦੇ ਕੰਮ ਆਉਂਦੀ, ਆਪਾਂ ਨੂੰ ਇਨਕਮ ਘਟਾਉਣ ਦੇ ਕੰਮ ਆਉਂਦੀ ਹੈ। ਉਹਦੇ ਬਾਰੇ ਆਪਾਂ ਥੋੜੀ ਜਿਹਾ ਅੱਗੇ, ਕਿਉਂਕਿ ਹੁਣ ਅਸੀਂ ਸੀਜ਼ਨ 31 ਦਸੰਬਰ ਤੋਂ ਬਾਅਦ ਕਾਫੀ ਫਿਰ ਸ਼ੁਰੂ ਹੋ ਜਾਣਾ ਵੀ 2 ਮਹੀਨੇ ਵੀ RRSP ਲਾਓ ਜੀ ਆਪਾਂ ਟੈਕਸ ਆਪਣੇ ਘਟਾਉਣ ਦੇ ਕੰਮ ਆਉਂਦੀ ਆ ਉਹ। ਤੁਸੀਂ ਵੈਸੇ RRSP ਜਿਹੜੀ ਹੈਗੀ ਆ ਪਿਛਲੇ ਜੇ ਸੁਣੀ ਅਗਲੇ ਸਾਲ ਦੇ ਟੈਕਸ ਦੇ ਵਿੱਚ ਤੁਸੀਂ ਬੈਨੀਫਿਟ ਲੈਣਾ ਤਾਂ ਮਾਰਚ 2020 ਤੋਂ ਲੈ ਕੇ 21 ਤੋਂ ਲੈ ਕੇ 2022-28 ਤੱਕ ਲੈ ਸਕਦੇ। ਉਹਦੇ ਵਿੱਚ ਵਿੱਚ ਤੁਸੀਂ ਉਹ ਤੁਹਾਡੇ ਟੈਕਸ ਘਟਾਉਣ ਦੇ ਕੰਮ ਆਏਗੀ। ਬੇਸਿਕਲੀ ਘਟਾਉਣ ਦੇ ਹੁਣ ਟਾਈਮਿੰਗ ਅਸੀਂ ਆਖਦੇ ਹਾਂ, ਪਰ ਇਹ ਡਿਫਰ ਹੋ ਜਾਂਦਾ ਅਪ ਟੂ ਏਜ ਆਫ 65 ਜਾਂ ਜਦੋਂ ਤੁਸੀਂ ਵਿਦਡਰਾ ਕਰਦੇ ਹੋ। ਇਹਦੇ ਬਾਰੇ ਆਪਾਂ ਡਿਸਕਸ ਬਾਅਦ ਚੋਂ ਕਰਦੇ ਥੋੜ੍ਹੀ ਆ। ਤੇ RESP ਦੇ ਵਿੱਚ ਕੀ ਹੈਗਾ ਕਿ ਜਿਹੜੇ ਵੀ ਪੇਰੈਂਟਸ ਆਪਣੇ ਇਹ ਜਿਹੜੇ ਪਲਾਨ ਸ਼ੁਰੂ ਹੋਏ ਸੀ ਨਾ ਜੀ, ਇਹ 1965 ਵਿੱਚ ਸ਼ੁਰੂ ਹੋਏ ਸੀਗੇ। ਠੀਕ ਹੈ। ਉਸ ਟਾਈਮ ਇੱਕ ਜਾਂ ਦੋ ਕੰਪਨੀਆਂ ਨੇ ਸਟਾਰਟ ਕੀਤਾ ਸੀਗਾ, ਪਰ ਮੇਨ ਜ਼ਿਆਦਾ ਪਾਪੂਲਰ ਜਿਹੜੇ ਹੋਏ ਹੈਗੇ ਨੇ ਉਹ ਹੋਏ ਹੈਗੇ ਆ 1995 ਦੇ ਵਿੱਚ, ਜਦੋਂ ਫੈਡਰਲ ਗਵਰਨਮੈਂਟ ਨੇ ਇਹਦੇ ਵਿੱਚ ਆ ਕੇ ਇੰਟਰਵੀਨ ਕੀਤਾ। ਕਿਉਂਕਿ ਹਾਇਰ ਤੁਹਾਨੂੰ ਵੀ ਪਤਾ ਸਾਡੇ ਬੱਚੇ ਹੈਗੇ ਆ ਕਿ ਹਾਇਰ ਐਜੂਕੇਸ਼ਨ ਕੋਸਟ ਨੀਅਰ ਅਬਾਊਟ 80,000 ਤੋਂ ਲੈ ਕੇ 100,000 ਦੇ ਲਾਗੇ ਦਾ ਗਿਆ ਅੱਜ ਦੀ ਡੇਟ 'ਚ, ਜਿਹੜੇ ਬੱਚੇ 4 ਸਾਲ ਯੂਨੀਵਰਸਿਟੀ ਔਰ ਕਾਲਜ ਵਿੱਚ ਜਾ ਰਹੇ ਆ। ਠੀਕ ਹੈ। ਇਹਨਾਂ ਆਪਣੇ ਸਰੋਤਿਆਂ ਦੇ ਬੱਚੇ ਪੜ੍ਹ ਰਹੇ ਆ, ਉਹਨਾਂ ਨੂੰ ਪਤਾ ਕੀ ਕੋਸਟ ਪੈਂਦੀ ਹੈ। ਕੋਈ ਉਹਨੂੰ ਹੈਲਪ ਵਾਸਤੇ ਟੂਲ ਸ਼ੁਰੂ ਕੀਤਾ ਗਿਆ ਸੀ। ਫਿਰ 95 'ਚ ਫੈਡਰਲ ਗਵਰਨਮੈਂਟ ਨੇ ਇੰਟਰਵੀਨ ਕੀਤਾ ਵੀ ਠੀਕ ਹੈ, ਜਿਹੜੇ ਵੀ ਪੇਰੈਂਟਸ ਦੇ ਵਿੱਚ RESP 'ਚ ਪੈਸੇ ਸੇਵ ਕਰਨਗੇ ਅਸੀਂ 20% ਗ੍ਰਾਂਟ ਜਿਹੜੀ ਹੁੰਦੀ ਆ, $400 ਹੋਇਆ ਸੀ ਪਹਿਲਾਂ ਸ਼ੁਰੂ, ਉਹ ਅਸੀਂ ਤੁਹਾਨੂੰ ਦੇਵਾਂਗੇ। ਜਿਹੜੇ ਪੇਰੈਂਟਸ $2,000 ਜਾਂ $167 ਕੰਟਰੀਬਿਊਟ ਕਰਨਗੇ ਸਾਲ ਦਾ, ਪਰ ਇੱਕ ਸਾਲ ਬਾਅਦ ਹੀ ਇਹ ਆਪਣੀ ਗ੍ਰਾਂਟ ਵਧਾ ਕੇ $500 ਤੱਕ ਕਰ ਦਿੱਤੀ ਗਈ ਸੀ, 20% ਦਾ 2500 ਦੇ ਦਾ ਜੀ। ਨਾਲ ਛੋਟੀ ਟਿਪਸ ਦੇ ਦਾ, 95 ਤੋਂ ਪਹਿਲਾਂ RESP ਜਿਹੜੀ ਇੰਡਸਟਰੀ ਸੀ ਸਾਰੀ, ਜਿੰਨੀਆਂ ਵੀ ਉਸ ਟਾਈਮ 5 ਜਾਂ 4 ਕੰਪਨੀਆਂ ਕੰਮ ਕਰਦੀ,
ਸਿਰਫ 2 ਬਿਲੀਅਨ ਡਾਲਰ ਦੇ ਅਸਰ ਸੀਗੇ। ਅੱਛਾ ਜੀ। 95 ਜਦੋਂ ਫੈਡਰਲ ਗਵਰਨਮੈਂਟ ਨੇ ਇੰਟਰਵਿਨ ਕੀਤਾ ਉਸ ਤੋਂ ਬਾਅਦ ਕਾਫੀ ਹੁਣ ਆਪਣੇ ਜਿਹੜੇ ਬੈਂਕਸ ਆ, ਇੰਸਟੀਚਿਊਟਸ ਆ, ਇੰਸ਼ੋਰੈਂਸ ਕੰਪਨੀਆਂ ਸਾਡੀਆਂ, ਇਹ ਵੋ ਡਿਫਰੈਂਟ 54 ਡਿਫਰੈਂਟ ਕੰਪਨੀਆਂ ਜਿਹੜੀਆਂ ਆ ਰਹੀਆਂ ਸੀ ਕਰਦੀਆਂ ਨੇ ਅੱਜ ਤੱਕ। ਠੀਕ ਹੈ ਜੀ। ਠੀਕ ਹੈ। ਤੇ ਇਸ ਟਾਈਮ ਅਪਰੋਕਸੀਮੇਟਲੀ 23 ਤੋਂ ਲੈ ਕੇ 24 ਬਿਲੀਅਨ ਡਾਲਰ ਇਹਦੇ ਵਿੱਚ ਹੋ ਚੁੱਕਾ ਆਲਰੇਡੀ ਆ ਰਹੀ ਇਸ ਮਤਲਬ ਤੇ ਇੰਨੀ ਪਾਪੂਲਰ ਹੋ ਗਈ ਹੈ ਇਹਦੇ ਵਿੱਚ। ਮੇਨ ਹੁੰਦਾ ਕਿ ਜਿਹੜੀ ਵੀ ਆਪਾਂ ਪੇਰੈਂਟਸ ਸੇਵਿੰਗ ਪਲਾਨ ਹੈ ਜਾਂ ਸੇਵਿੰਗ ਟੂਲ ਹੈ ਇਹਨੂੰ ਆਪਾਂ ਕਹਿ ਦਿੰਦੇ ਤਿੰਨ ਬੇਸਿਕਲੀ ਚਾਰ ਇਨਵੈਸਟਮੈਂਟ ਹੁੰਦੀਆਂ ਨੇ REST, RSP ਐਂਡ ਟੈਕਸ-ਫ੍ਰੀ ਸੇਵਿੰਗ ਅਕਾਊਂਟ ਐਂਡ ਸੈਲਫ ਡਿਟੈਕਟਡ ਇਨਵੈਸਟਮੈਂਟ। ਠੀਕ ਹੈ। ਡਿਟੈਕਟਡ ਹੁੰਦੀ ਹੈ ਜਿਹੜੀ ਕੋਈ ਰਜਿਸਟਰ ਨਹੀਂ ਹੋਈ ਹੁੰਦੀ। REST 'ਚ ਹੈ ਕਿ ਜਿਹੜੇ ਵੀ ਪੇਰੈਂਟਸ ਮਨੀ ਸੇਵ ਕਰਦੇ ਨੇ ਜਦੋਂ ਉਹਨਾਂ ਦਾ ਬੇਟਾ ਜਾਂ ਬੇਟੀ 18 ਸਾਲਾਂ ਦੇ ਹੋਣਗੇ, ਕਈ ਕੰਪਨੀਆਂ 17 ਸਾਲ ਤੇ 18 ਸਾਲ ਦੇ, ਜਿਹੜੀ ਤੁਸੀਂ ਸੇਵਿੰਗ ਕੀਤੀ ਹੋਈ ਹੈ, ਜਿਹੜਾ ਤੁਸੀਂ ਆਪਣਾ ਪੈਸਾ ਸੇਵ ਕੀਤਾ ਉਹ ਸਾਰੇ ਦਾ ਸਾਰਾ ਤੁਹਾਨੂੰ ਰਿਟਰਨ ਹੋ ਜਾਂਦਾ। ਲੈਸ ਸੇਲ ਚਾਰਜਿਸ ਹੈ, ਕਿਸੇ ਦੇ ਸੇਲ ਚਾਰਜਿਸ ਹੈ, ਕਿਸੇ ਦੀ MER, ਹਰ ਇੱਕ ਕੰਪਨੀ ਦੀ ਫੀਸ ਹੈਗੀ ਹੈ। ਤੇ ਮੈਂ ਛੋਟਾ ਜਿਹਾ ਹੋਰ ਆਪਣੇ ਸਰੋਤਿਆਂ ਨੂੰ ਇਨਫੋਰਮੇਸ਼ਨ ਦੇ ਰਿਹਾ। ਕਈ ਵਾਰੀ ਆਪਾਂ ਕਹਿੰਦੇ ਜੀ ਇਸ ਕੰਪਨੀ ਲਈ ਇਹਦੀ ਕੋਈ ਫੀਸ ਨਹੀਂ ਹੈ, ਇਸ ਕੰਪਨੀ ਲਈ ਕੋਈ ਫੀਸ ਨਹੀਂ, ਹਰ ਇੱਕ ਕੰਪਨੀ ਦੀ ਫੀਸ ਹੈਗੀ ਹੈ। ਕਿ ਕੋਈ ਹੌਲੀ ਹੌਲੀ ਲੈਂਦੇ ਅਪਫਰੰਟ, ਕੋਈ ਸਲੋਲੀ ਸਲੋਲੀ ਲੈ ਕੇ ਬੈਕ ਐਂਡ ਤੇ ਲੈਂਦੇ ਨੇ, ਐਵਰੀ ਟਾਈਮ ਲੈਂਦੇ ਨੇ, ਫੀਸ ਹਰ ਇੱਕ ਦੀ ਹੈਗੀ ਹੈ। ਤੇ 18 ਸਾਲ ਤੋਂ ਬਾਅਦ ਆਪਾਂ ਨੂੰ ਆਪਣੀ ਜਿਹੜੀ ਸੇਵਿੰਗ ਕੀਤੀ ਹੋਈ ਹੈ ਉਹ ਵਾਪਸ ਮਿਲ ਜਾਂਦੀ ਹੈ। ਉਹ ਕਿਉਂਕਿ ਅਸੀਂ ਪੇਰੈਂਟ ਦੇ ਨਾਂ ਤੇ ਹੁੰਦੇ, ਜਿਹੜਾ ਵੀ ਸਿੰਗਲ ਪੇਰੈਂਟਸ ਹੈ ਜਾਂ 2 ਪੇਰੈਂਟਸ ਉਹਨਾਂ ਨੂੰ ਵਾਪਸ ਆ ਜਾਂਦਾ, ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਕਿਉਂਕਿ ਆਲਰੇਡੀ ਆਪਾਂ ਉਸੇ ਟੈਕਸ ਪੇ ਕੀਤਾ ਹੁੰਦਾ। ਠੀਕ ਹੈ ਜੀ। ਜਿਹੜੀ ਅੱਗੇ ਇਨਵੈਸਟਮੈਂਟ ਰਿਟਰਨ ਬਣੀ ਹੁੰਦੀ ਹੈ ਪਲੱਸ ਜਿਹੜੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਆਈ ਹੈ, ਡਿਪੈਂਡ ਕਰਦਾ ਕਿੰਨੀ ਆਈ ਹੈ। ਅਗਰ ਤੁਸੀਂ ਪੂਰੇ ਪੈਸੇ ਪਾ ਰਹੇ ਹੋ ਤਾਂ $7200 ਦੀ ਗ੍ਰਾਂਟ ਆਵੇਗੀ, ਪਲੱਸ ਅਗਰ ਤੁਹਾਡੀ ਲੋ ਇਨਕਮ ਹੈ ਫੈਮਲੀ ਦੀ 47,000-45,000 ਤੋਂ ਥੱਲੇ, ਤੇ ਕੈਨੇਡਾ ਲਰਨਿੰਗ ਬੌਂਡ ਹੈ 2000 ਦੀ ਗ੍ਰਾਂਟ ਹੋਰ ਇੱਕ ਮਿਲਦੀ ਹੈ ਫੈਡਰਲ ਗਵਰਨਮੈਂਟ ਵੱਲੋਂ। ਪਲੱਸ ਕੁਛ ਗ੍ਰਾਂਟਾਂ ਜੇ ਤੁਸੀਂ ਕੁਛ BC 'ਚ ਲਈ ਹੈਗੀ ਹੈ ਜਾਂ ਕਿਊਬਿਕ ਤੋਂ ਲਈ ਹੈ, ਉੱਥੇ ਸੈਪਰੇਟ ਗ੍ਰਾਂਟ ਹੋਰ ਮਿਲਦੀ ਹੈ, ਉਹ ਪ੍ਰੋਵਿੰਸ਼ਲ ਸਰਕਾਰਾਂ ਦਿੰਦੀਆਂ ਨੇ, ਅੰਟੇਰੀਓ ਨਹੀਂ ਇੱਥੇ ਹੱਲ ਦਿੰਦੀਆਂ। ਤੇ ਜਿਹੜੀ ਇੱਥੇ ਰਿਟਰਨ ਬੜੀ ਹੁੰਦੀ ਹੈ ਪਲੱਸ ਜਿਹੜਾ ਗ੍ਰਾਂਟ ਹੁੰਦੀ ਹੈ ਇਹ ਆਪਾਂ ਨੂੰ ਬੱਚੇ ਦੇ ਨਾਂ ਤੇ ਮਿਲੇਗੀ। ਜਦੋਂ ਬੱਚਾ ਯੂਨੀਵਰਸਿਟੀ, ਸਕੂਲ, ਕਾਲਜ ਜਾਏਗਾ, ਜਦੋਂ 18 ਸਾਲ ਦਾ ਹੋਏਗਾ, ਉਸ ਤੋਂ ਬਾਅਦ ਉਦੋਂ ਪੇਰੈਂਟਸ ਨੂੰ ਦੱਸਣਾ ਹੁੰਦਾ ਤੁਹਾਡਾ ਬੇਟਾ ਬੇਟੀ ਕਿੱਥੇ ਜਾ ਰਹੇ ਨੇ। ਔਰ ਇਹ ਕੋਈ ਜ਼ਰੂਰੀ ਨਹੀਂ ਹੈ, ਪਹਿਲਾਂ ਹੁੰਦੇ ਸੀ ਜਿਹੜੇ ਪੁਰਾਣੇ ਪਲਾਨ ਹੁੰਦੇ ਸੀ ਕਿ ਵੀ ਤੁਹਾਡਾ ਬੱਚਾ ਹੈਵ ਟੂ 4 ਸਾਲ ਪੜ੍ਹਨਾ ਚਾਹੀਦਾ ਜਾਂ 2 ਸਾਲ ਪੜ੍ਹਨਾ ਚਾਹੀਦਾ, ਨਹੀਂ ਹੁਣ ਕੋਈ ਕੰਡੀਸ਼ਨ ਨਹੀਂ ਹੈ, ਤੁਹਾਡਾ ਬੱਚਾ 4 ਸਾਲ ਪੜ੍ਹਦਾ, 4 ਸਾਲ ਤੁਹਾਨੂੰ ਪੈਸੇ ਮਿਲਣਗੇ, 2 ਪੜ੍ਹਦਾ 2 'ਚ ਮਿਲਣਗੇ, 3 ਪੜ੍ਹਦਾ 3 'ਚ ਮਿਲਣਗੇ, ਜੇ 1 ਸਾਲ ਜਾਂਦਾ ਤੇ 1 ਸਾਲ 'ਚ ਹੀ ਪੈਸੇ ਮਿਲਣਗੇ ਤੁਹਾਨੂੰ। ਪਰ ਜੇ ਆਪਣਾ ਬੇਟਾ ਜਾਂ ਬੇਟੀ ਕਿਤੇ ਵੀ ਨਹੀਂ ਪੜ੍ਹਦਾ, ਕਿਸੇ ਵੀ ਯੂਨੀਵਰਸਿਟੀ, ਸਕੂਲ, ਕਾਲਜ, ਡਿਪਲੋਮਾ, ਮਤਲਬ ਕਹਿਣ ਦਾ ਸਕੂਲ ਤੋਂ ਬਾਅਦ ਹਾਈ ਸਕੂਲ ਤੋਂ ਬਾਅਦ ਕਿਤੇ ਵੀ ਨਹੀਂ ਪੜ੍ਹਦਾ, ਤਾਂ ਵੀ ਤੁਹਾਡਾ ਪੈਸਾ ਤਾਂ ਸੇਵਿੰਗ 100% ਤੁਹਾਨੂੰ ਮਿਲੇਗੀ। ਪਲੱਸ ਉੱਥੇ ਜਿੰਨਾ ਵੀ ਇੰਟਰਸਟ ਅਰਨ ਹੋਇਆ ਉਸ ਪਲਾਨ ਦੇ ਉੱਤੇ ਪਿਛਲੇ 18 ਸਾਲਾਂ ਤੋਂ 15 ਸਾਲਾਂ ਤੋਂ, ਉਹ ਸਾਰਾ ਪੇਰੈਂਟਸ ਵੀ ਲੈ ਸਕਦੇ ਆ। ਉਸ ਟਾਈਮ ਸਾਰਾ ਪੈਸਾ ਤੁਹਾਨੂੰ ਮਿਲ ਜਾਏਗਾ ਵਿਦ ਇੰਟਰਸਟ। ਪਹਿਲਾਂ ਸੋਚਦੇ ਹੁੰਦੇ ਸੀ ਨਹੀਂ ਜੀ ਉਹ ਪੈਸੇ ਨਹੀਂ ਮਿਲਣੇ, ਨਹੀਂ ਜੀ ਇਹ ਸਾਰਾ ਤੁਹਾਨੂੰ ਪੈਸਾ ਉਸ ਟਾਈਮ ਵੀ ਮਿਲ ਸਕਦਾ। ਪਰ ਥਰਡ ਥਿੰਗ ਹੈ ਕਿ ਬੱਚਾ ਵਰਲਡ 'ਚ ਕਿਤੇ ਵੀ ਐਜੂਕੇਸ਼ਨ ਲੈ ਸਕਦਾ, ਐਨੀ ਕਾਇੰਡ ਆਫ ਐਜੂਕੇਸ਼ਨ ਇਨ ਦਾ ਵਰਲਡ, ਐਨੀਥਿੰਗ। ਕਾਫੀ ਹੈ ਤੁਹਾਡੇ ਪੇਰੈਂਟਸ ਨੂੰ ਸੇਵਿੰਗ ਕਰਦੇ, ਹੌਲੀ ਹੌਲੀ ਤੁਹਾਡੇ ਪੈਸੇ ਸੇਵ ਹੋ ਆਪਣਾ ਹੋ ਜਾਂਦੇ ਆ। ਜੇ ਤੁਸੀਂ ਸੋਚਦੇ ਹੋ ਕਿ ਕਈ ਵਾਰੀ ਸਾਨੂੰ ਸਵਾਲ ਆਉਂਦਾ ਜੀ ਪੇਰੈਂਟਸ ਦਾ ਕਿ ਅਸੀਂ ਜੇ ਇੱਥੇ ਜੇ $200 ਜਾਂ $100 ਨਾ ਪਾਈਏ, ਅਸੀਂ ਮਕਾਨ ਦੇ ਨਾਂ ਤੇ ਲੈ ਜਾਈਏ ਤਾਂ ਉਦੋਂ ਤੁਹਾਡਾ ਹੋ ਜਾਏਗਾ, ਕਿਉਂਕਿ ਅਗਰ ਆਪਾਂ ਘਰ ਵੀ ਲੈਣਾ, ਕੁਛ ਵੀ ਲੈਣਾ, ਉਹ $200 ਨਾਲ ਕਿਸ਼ਤ ਨਹੀਂ ਤੁਹਾਡੀ ਹੋਣੀ, ਇਹਨਾਂ ਘੱਟੋ ਘੱਟ ਤੁਹਾਡੀ ਨੀਅਰ ਅਬਾਊਟ $100,000 ਤੇ ਲੱਗ ਜਾਏ ਗਵਰਨਮੈਂਟ ਦੀ ਗ੍ਰਾਂਟ, ਤੁਹਾਡੀ ਸੇਵਿੰਗ ਪਲੱਸ ਉਸ ਤੇ ਇਨਵੈਸਟਮੈਂਟ ਦੀ ਰਿਟਰਨ ਬਣਦੀ ਆ, ਕਰਕੇ ਨੀਅਰ ਅਬਾਊਟ 90 ਤੋਂ ਲੈ ਕੇ 100,000 ਲੱਗਦਾ ਤੁਹਾਡਾ ਇਕੱਠਾ ਹੋ ਜਾਂਦਾ। ਜਿਹੜੇ ਵੀ ਪੇਰੈਂਟਸ $2,500 ਤੇ ਲੱਗ ਸਕੇ ਸੇਵ ਕਰ ਲਏ ਇਹਦੇ ਵਿੱਚ, ਔਰ ਇਹ ਟੈਕਸ ਸ਼ੈਲਟਰ ਹੈਗੀ ਆ, ਕਿਉਂਕਿ ਉਹ ਜਿਹੜਾ ਟੈਕਸ ਅਰਨ ਇਨਕਮ ਆ ਉਹ ਬੱਚੇ ਦੇ ਨਾਂ ਤੇ ਆਏਗੀ। ਪਰ ਬੱਚੇ ਦੀ ਉਹਦੇ ਕੋਈ ਇਨਕਮ ਨਹੀਂ ਹੁੰਦੀ, ਉਹਨੇ ਬਿਲਕੁਲ 0 ਟੈਕਸ ਪੇ ਕਰਨਾ ਜਾਂ ਬਿਲਕੁਲ ਲੋ ਟੈਕਸ ਪੇ ਕਰੇਗਾ ਅਗਰ ਬੱਚੇ ਦੀ ਕੋਈ ਸਾਈਡ ਤੇ ਇਨਕਮ ਹੋਏਗੀ। ਹਾਂਜੀ, ਬਹੁਤ ਵਧੀਆ। ਤੁਸੀਂ ਮੇਰੇ ਖਿਆਲ, ਮੈਨੂੰ ਲੱਗਦਾ ਕੋਈ ਕੁਐਸਚਨ ਰਿਹਾ ਨਹੀਂ। 416-456-8559 416-456-8559 ਇਹਨਾਂ ਦਾ ਨੰਬਰ ਹੈ। ਬਹੁਤ ਸਾਰੇ ਪੇਰੈਂਟਸ ਜਿਹੜੇ ਨਵੇਂ ਇੱਥੇ ਇਮੀਗ੍ਰੈਂਟ ਆਏ ਹੋਏ ਨੇ ਜਾਂ ਜਿਹੜੇ ਇੱਥੋਂ ਦੇ ਵੀ ਬੋਰਨ ਬੱਚੇ ਹੋਣ, ਅੱਗੇ ਫਰਦਰ ਉਹਨਾਂ ਦੀ ਹੁਣ ਸ਼ਾਦੀਆਂ ਹੋਈਆਂ, ਬੱਚੇ ਹੋ ਗਏ ਆ ਜਾਂ ਹੋਣ ਵਾਲੇ ਆ, ਪਰ ਅਗਰ ਉਹਨਾਂ ਨੇ REST ਬਾਰੇ ਜਾਣਕਾਰੀ ਨਹੀਂ ਲਈ, ਲੈਣਾ ਚਾਹੁੰਦੇ ਹੋਣ, ਤਾਂ ਜਿਸ ਤਰ੍ਹਾਂ ਚੌਹਾਨ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਕਿ 28 ਸਾਲ ਹੋ ਗਏ ਇਹਨਾਂ ਨੂੰ, ਅੱਜ REST ਨਹੀਂ ਲੱਗੇ ਕਰਨ। ਇਹ ਮੇਰੇ ਖਿਆਲ 28 ਸਾਲ ਤੋਂ ਜਦੋਂ ਇਹ ਕੌਨਸੈਪਟ ਆਇਆ ਸੀ ਕੈਨੇਡਾ ਦੇ ਵਿੱਚ, ਉਦੋਂ ਤੋਂ ਹੀ ਇਹ
RESP ਕਰਦੇ ਆ ਰਹੇ ਹੈ, ਬੜੀਆਂ ਕੰਪਨੀਆਂ ਆਈਆਂ, ਬੜੀਆਂ ਗਈਆਂ, ਪਰ ਇਹ ਡਟੇ ਹੋਏ ਨੇ ਅਤੇ ਤੁਸੀਂ ਇਹਨਾਂ ਨਾਲ ਗੱਲ ਕਰ ਲੈਣਾ। ਅਗਰ ਤੁਹਾਡਾ ਬੱਚਾ, ਤੁਸੀਂ ਚਾਹੁੰਦੇ ਹੋ ਕਿ ਯੂਨੀਵਰਸਿਟੀਆਂ ਜਾਏ, ਪੜ੍ਹੇ, ਕਾਲਜਾਂ 'ਚ ਪੜ੍ਹੇ, ਔਰ ਉਸ ਵੇਲੇ ਤੁਹਾਨੂੰ ਕੋਈ ਚਿੰਤਾ ਨਾ ਹੋਏ ਉਹਦੀ ਪੜ੍ਹਾਈ ਲਿਖਾਈ ਦੇ ਲਈ, ਖਰਚੇ ਦੀ, ਇਹ ਅੱਜ ਤੋਂ ਸ਼ੁਰੂ ਕਰ ਲਓ। ਬੱਚਾ ਤੁਹਾਡਾ ਸਾਲ ਦਾ ਹੈ, 2 ਸਾਲ ਦਾ ਹੈ, 5 ਸਾਲ ਦਾ ਹੈ, 7 ਸਾਲ, 10 ਸਾਲ ਦਾ ਵੀ ਹੋਵੇ, ਕੋਈ ਗੱਲ ਨਹੀਂ, ਕਿਸੇ ਵੀ ਸਟੇਜ 'ਤੇ ਤੁਸੀਂ ਸ਼ੁਰੂ ਕਰ ਸਕਦੇ ਹੋ ਔਰ ਕਿੰਨੇ ਵੀ ਪੈਸਿਆਂ ਨਾਲ ਸ਼ੁਰੂ ਕਰ ਸਕਦੇ ਹੋ। 25-50 ਕਮਲ ਜੀ, ਕਿੰਨੀ ਕੁ ਮਿਨੀਮਮ ਲਿਮਿਟ ਹੈ ਪੈਸੇ ਪਾਉਣ ਦੀ? ਹਾਂਜੀ, ਦੇਖੋ ਇਹਦੇ ਵਿੱਚ RESP ਜਿਹੜੀ ਪਹਿਲਾਂ ਸ਼ੁਰੂ ਹੁੰਦੀ ਸੀਗਾ ਜੀ, ਮਿਨੀਮਮ $9 ਤੋਂ ਹੁੰਦੀ ਸੀ, ਪਰ ਹੁਣ ਉਹਨਾਂ ਨੇ ਕਰਤਾ ਕਿ ਮਿਨੀਮਮ ਤੁਸੀਂ $25 ਤੋਂ ਉਹਨੂੰ ਸ਼ੁਰੂ ਕਰ ਸਕਦੇ ਹੋ। ਠੀਕ ਹੈ। ਮੈਕਸੀਮਮ ਜਿਹੜੀ ਹੈਗੀ ਆ ਇੱਕ ਬੱਚੇ ਦੇ ਨਾਂ ਤੇ $50,000 ਤੋਂ ਜ਼ਿਆਦਾ ਅਲਾਓ ਨਹੀਂ ਹੈ ਕੰਟਰੀਬਿਊਟ ਕਰਨਾ ਵਿਦਿਨ 18 ਈਅਰਸ। ਠੀਕ ਹੈ ਜੀ। ਮਤਲਬ ਕਿ 18 ਸਾਲ ਦੇ ਵਿੱਚ ਤੁਸੀਂ 50,000 ਤੋਂ ਜ਼ਿਆਦਾ ਕੰਟਰੀਬਿਊਟ ਨਹੀਂ ਕਰ ਸਕਦੇ। ਥੋੜ੍ਹੀ ਜਿਹੀ ਆਪਾਂ ਐਗਜ਼ਾਮਪਲ ਦੇ ਦਿੰਦੇ ਹਾਂ, ਜੇ ਅੱਜ ਬੇਬੀ ਬੋਰਨ ਹੋਇਆ, ਅਗਰ ਉਹਦੇ ਆਪਾਂ 50,000 ਸੇਵ ਕਰਨਾ ਚਾਹੀਏ ਤਾਂ ਮੈਕਸੀਮਮ ਤੁਸੀਂ ਪਰ ਮੰਥ $242 ਤੋਂ ਜ਼ਿਆਦਾ ਨਹੀਂ ਪਾ ਸਕਦੇ, ਜਾਂ ਐਨੂਅਲੀ $2,700 ਤੋਂ ਜ਼ਿਆਦਾ ਕੰਟਰੀਬਿਊਟ ਨਹੀਂ ਪਾ ਸਕਦੇ। ਕਿਉਂਕਿ ਜੇ ਬਾਈ ਚਾਂਸ ਤੁਹਾਡੇ ਕੋਲ ਗਲਤੀ ਨਾਲ ਕਿਤੇ ਪੈ ਵੀ ਜਾਂਦਾ ਤਾਂ ਤੁਹਾਨੂੰ 1% ਪਰ ਮੰਥ ਪੈਨਲਟੀ ਟੈਕਸ ਲੱਗਦਾ। ਮੇਰਾ ਮਤਲਬ ਕਹਿਣ ਦਾ, ਗਲਤੀ ਨਾਲ ਕਿਵੇਂ ਪੈ ਜਾਂਦਾ, ਇੱਕ ਪਲਾਨ ਚ ਕਈ ਵਾਰ ਕੀ ਹੁੰਦਾ ਕਿ ਆਪਣੇ ਸਰੋਤਿਆਂ ਨੇ $50 ਕਿਸੇ ਹੋਰ ਕੰਪਨੀ ਨਾਲ ਪਾਏ ਨੇ, 100 ਕਿਸੇ ਹੋਰ ਨਾਲ ਪਾਏ ਨੇ, ਜਾਂ 35-40 ਕਿਤੇ ਹੋਰ ਨਾਲ ਪਾਇਆ। ਉਹ ਕਈ ਵਾਰੀ ਜ਼ੋਰ ਚ ਨਹੀਂ ਹੁੰਦਾ ਵੀ ਹਾਂ ਸਾਰੀਆਂ ਕੰਪਨੀਆਂ ਦਾ ਮਿਲਾ ਕੇ, ਮਤਲਬ ਚਾਹੇ ਤੁਹਾਡੇ ਕੋਲ 10 ਕੰਪਨੀਆਂ ਦੀ RESP ਆ, ਚਾਹੇ ਇੱਕ ਦੀ ਆ, ਟੋਟਲ ਸਾਰਿਆਂ ਦਾ ਜ਼ੋਰ ਮਿਲਾ ਕੇ $50,000 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਔਰ ਆਪਾਂ ਕਿਸੇ ਵੀ ਏਜ ਤੱਕ ਲੈ ਸਕਦੇ, ਅਪ ਟੂ 15 ਸਾਲ ਦੀ ਏਜ ਤੱਕ RESP ਚ ਕੰਟਰੀਬਿਊਟ ਕੀਤਾ ਜਾ ਸਕਦਾ ਹੈਗਾ। ਠੀਕ ਹੈ ਜੀ। 416 ਰਿਟਰਨ, ਸੋਰੀ, ਉਹਦਾ ਥੋੜੀ ਰਿਟਰਨ ਤੁਹਾਨੂੰ ਥੋੜੀ ਮਿਲੇਗੀ, ਘੱਟ ਮਿਲੇਗੀ, ਕਿਉਂਕਿ ਟਾਈਮ ਕੰਪਾਊਂਡ ਟਾਈਮ ਘੱਟ ਹੈ। ਇਹਦੀ RESP ਸਿਰਫ ਇੱਕੋ ਹੀ ਖੂਬਸੂਰਤੀ ਹੈ, ਕਿਉਂਕਿ ਇਹ 18 ਸਾਲ ਤੋਂ ਬਾਅਦ ਅੱਗੇ ਅਸੀਂ ਇਹਨੂੰ ਕੰਟੀਨਿਊ ਨਹੀਂ ਕਰਦੇ, ਕਿਉਂਕਿ ਹਰ ਬੇਟਾ ਜਾਂ ਬੇਟੀ ਨੇ 18 ਈਅਰ ਤੇ ਆਪਣੀ ਯੂਨੀਵਰਸਿਟੀ ਕਾਲਜ ਜਾਣਾ। ਇਹ ਮੈਚਿਓਰਟੀ ਉਸ ਟਾਈਮ, ਕਿਉਂਕਿ ਆਪਣੇ ਕੋਲ ਟਾਈਮ ਜਿਹੜਾ ਸਪੈਸੀਫਿਕਲੀ ਪਹਿਲਾਂ ਤੋਂ ਫਿਕਸ ਹੋਇਆ ਹੁੰਦਾ ਵੀ ਕਿਹੜੀ ਇਹਦੀ ਮੈਚਿਓਰਟੀ ਡੇਟ ਹੋਏਗੀ, ਇਸ ਕਰਕੇ ਆਪਾਂ 15 ਸਾਲ ਦੀ ਏਜ ਤੱਕ ਵੀ ਕਰ ਸਕਦੇ ਹਾਂ। ਕੰਪਾਊਂਡਿੰਗ ਇੰਟਰਸਟ ਥੋੜਾ ਮਿਲੇਗਾ। ਹਾਂ, ਗਵਰਨਮੈਂਟ ਦੀ ਗ੍ਰਾਂਟ $500 ਦੀ ਜ਼ਰੂਰ, ਜਾਂ $1,000 ਦੀ, ਜਾਂ $500 ਦੀ ਆਪਣਾ ਆ ਜਾਏਗੀ, ਡਿਪੈਂਡ ਕਰਦਾ ਕਿੰਨੇ ਕੰਟਰੀਬਿਊਟ ਕਰਦੇ। ਠੀਕ ਹੈ ਜੀ। ਹਾਂਜੀ ਜੀ, 416-465-8559, ਸੋ $25 ਤੋਂ ਲੈ ਕੇ ਕੁਛ $200-225 ਜਿੰਨੇ ਵੀ ਤੁਸੀਂ ਅਫੋਰਡ ਕਰ ਸਕਦੇ ਹੋ। ਬੱਚਿਆਂ ਦੇ ਪੈਸੇ ਆਉਂਦੇ ਆ ਤੇ ਉਹਨਾਂ ਨੂੰ ਤੁਸੀਂ ਬੱਚਿਆਂ ਦੇ ਲਈ ਹੀ ਅਗਰ ਵਰਤੋ, ਉਹਨਾਂ ਦੇ ਭਵਿੱਖ ਲਈ ਹੀ ਵਰਤੋ ਤਾਂ ਚੰਗਾ ਹੋਏਗਾ, ਔਰ ਟੈਕਸ ਫਰੀ ਹੈ। ਤੋ ਇਸ ਕਰਕੇ ਦੇਖ, ਤੁਹਾਡੇ ਦੇਖਦੇ 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 ਪੈਸੇ ਵੀ ਇਕੱਠੇ ਹੋ ਜਾਣੇ ਆ, ਬੱਚਾ ਪੜ੍ਹ ਲਿਖ ਜਾਏਗਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਪੈਸੇ ਦਾ ਅਰੇਂਜਮੈਂਟ ਹੋ ਗਿਆ। ਖੜ੍ਹੇ ਪੈਰ ਕਈ ਵਾਰੀ ਇੰਨੇ ਪੈਸੇ ਕੱਢਣੇ ਔਖੇ ਹੋ ਜਾਂਦੇ ਆ, ਸੋ ਇਹਨਾਂ ਨਾਲ ਗੱਲ ਕਰ ਲੈਣਾ। 416-465-8559 ਇਹਨਾਂ ਦਾ ਨੰਬਰ ਹੈ, ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ RESP ਬਾਰੇ ਵੀ ਇਸ ਤਰ੍ਹਾਂ ਹੀ ਡਿਟੇਲ 'ਚ ਗੱਲ ਕਰਾਂਗੇ। ਕਮਲ ਜੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਔਰ ਲਓ